ਕਿਸਾਨ ਜਥੇਬੰਦੀਆਂ ਨੇ ਜਿੱਥੇ ਐਲਾਨ ਕੀਤਾ ਹੋਇਆ 26 ਜਨਵਰੀ ਨੂੰ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਰਨਾ ਹੈ ਜਸਤਰੀ ਰੈਸਲ 7 ਤਰੀਕ ਨੂੰ ਕੀਤੀ ਗਈ ਉਸ ਤੋਂ ਪਹਿਲਾਂ ਗੁਰੂਆਂ ਦੀ ਲਾਡਲੀ ਫੌਜ ਬੁੱਢਾ ਦਲ ਵੱਲੋਂ ਇੱਕ ਘੋੜਿਆਂ ਦਾ ਮਾਰਚ ਕੱਢਿਆ ਜਾਵੇਗਾ ਦਿੱਲੀ ਦੇ ਵਿੱਚ ਐਲਾਨ ਕਰ ਦਿੱਤਾ ਕਿ ਅਸੀਂ ਘੋੜਿਆਂ ਦਾ ਮਾਰਚ ਕਰਾਂਗੇ ਜਿੱਥੇ ਦਾ ਰਾਜਾ ਸਿੰਘ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਮਾਰਚ ਹੋਣ ਵਾਲਾ ਕਿ ਇਹਨਾਂ ਨੂੰ ਕੋਈ ਪਰਮਿਸ਼ਨ ਦੀ ਲੋੜ ਪਊਗੀ ਉਸ ਤੋਂ ਪਹਿਲਾਂ ਕਿਉਂਕਿ ਇਹਨਾਂ ਨੇ ਤਾਂ ਐਲਾਨ ਕਰ ਦਿੱਤਾ ਗੁਰੂਆਂ ਦੀ ਲਾਡਲੀ ਫੌਜ ਉਹ ਕਹਿੰਦੇ ਪਹਿਲਾਂ ਕਿਸਾਨਾਂ ਦੇ ਸਾਹਮਣੇ ਅਸੀਂ ਖੜੇ ਹੋਵਾਂਗੇ ਜੇਕਰ ਗੋਲੀਆਂ ਚਲਾਉਣੀਆਂ ਤਾਂ ਸਾਡੇ ਉੱਪਰ ਚਲਾਓ ਹੁਣ ਇਹਨਾਂ ਨੂੰ ਜੇਕਰ ਕੁਝ ਕਰਨਾ ਹੈ ਤਾਂ ਸਾਡੇ ਨਾਲ ਸਾਡੇ ਕੋਲੋਂ ਦੀ ਲੰਘ ਕੇ ਜਾਣਾ ਪਊਗਾ 15 ਨੂੰ ਐਲਾਨ ਕਰ ਦਿੱਤਾ ਕੀ ਐਲਾਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜ ਰਾਜ ਸਿੰਘ ਅਰਮਾ ਖਰਮਾ ਤਰਨਤਾਲ ਮਿਸਲ ਸ੍ਰੋਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਲਪੰਥ ਦੇ ਮੌਜੂਦਾ ਮੁਖੀ ਨੇ ਬਾਬਾ ਚੜ੍ਹਤ ਸਿੰਘ ਜੀ ਨਾਲ ਹੀ ਸਾਡੇ ਸ੍ਰੋਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਬੈਠੇ ਨੇ ਇੱਧਰ ਜੈਤੇਦਾਰ ਬਾਬਾ ਗਰਦੀਪ ਸਿੰਘ ਜੀ ਤਰਨਤਾਲ ਵਾਲੇ ਬੈਠੇ ਨੇ ਬਾਬਾ ਨਰੈਣ ਸਿੰਘ ਜੀ ਤਰਨਤਾਲ ਵਾਲੇ ਇੱਥੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਉਹਨਾਂ ਦੇ ਵੀ ਲੱਗਿਆ ਹੋਏ ਘੋੜੇ ਬੈਠੇ ਨੇ ਉਹ ਵੀ ਮੜੀਆਂ ਵਾਲੇ ਤਰਨਤਾਰਨ ਦਲ ਬਾਬਾ ਜੀ ਮਹਿਤੇ ਚੌਂਕੇ ਤਰਨਤਾਰਨ ਦਲ ਬਾਬਾ ਜੀ ਬਾਬਾ ਗੁਰਮ ਗੁਰਸੇਵ ਸਿੰਘ ਜੀ ਤਰਨ ਸਾਰੇ ਜਥੇਬੰਦੀਆਂ ਅਸੀਂ ਬੈਠੇ ਇੱਥੇ 15 ਤਰੀਕ ਨੂੰ ਸਾਡਾ ਮਾਰਚ ਨਹੀਂ ਹੈ ਮਾਰਚ ਨਹੀਂ ਨੂੰ ਕਹਿੰਦੇ ਅਸੀਂ ਕਹਿੰਦੇ ਨਿਹੰਗ ਸਿੰਘਾਂ ਦਾ ਹੋਲਾ ਮੱਲਾ ਜਿਸ ਤਰ੍ਹਾਂ ਹੋਲਾ ਮੱਲਾ ਮੱਲਾ ਕੱਢਿਆ ਜਾਊ 15 ਤਰੀਕ ਨੂੰ ਸਾਰੇ ਦਲਪੰਥ ਬੁੱਢਾ ਦਲ ਤਰਨਤਾਰਨ ਦਲ ਇਕੱਠੇ ਰਲ ਕੇ ਖੱਢਣਗੇ ਮੱਲਾ ਇਹਦੇ ਵਿੱਚ ਘੋੜ ਸਵਾਰ ਜਾਣਗੇ ਸਾਰੀਆਂ ਫੌਜਾਂ ਜੱਸੇਦਾਰ ਜਾਣਗੇ ਆਪ ਧੌਂਸਿਆਂ ਨਗਾਰਿਆਂ ਨਿਸ਼ਾਨਾਂ ਦੇ ਨਾਲ ਘੋੜ ਦੌੜ ਹੋਣੀ ਆ ਨਿਜੇਵਾਜੀ ਵੀ ਹੋਣੀ ਆ ਇੱਥੇ ਉਹ ਇੱਥੇ ਸਿੰਘੂ ਬਾਰਡਰ ਤੇ ਕੱਟਿਆ ਜਾਊਗਾ ਕਿਉਂਕਿ 40 ਮੁਕਤੇ ਜੋ ਹੋਏ ਨੇ ਸਾਡਾ ਵੈਸੇ ਤਾਂ ਮਾਗੀ ਤੇ ਹੁੰਦਾ ਉਥੇ ਮੁਕਸਰ ਸਾਹਿਬ ਐਤਕੀ ਫਿਰ ਮੋਰਚਾ ਲੱਗਣ ਕਰਕੇ ਸਾਰੀਆਂ ਫੌਜਾਂ ਇੱਥੇ ਨੇ ਅਸੀਂ ਉਹ ਆਪ ਦਾ ਜਿਹੜਾ ਗੁਰੂ ਸਾਹਿਬਾਨਾਂ ਦਾ ਕੋਈ ਗੁਰਪੁਰਬ ਹੋਵੇ ਕੋਈ ਹੋਰ ਹੋਵੇ ਪ੍ਰੋਗਰਾਮ ਉਹ ਅਸੀਂ ਜਿੱਥੇ ਬੈਠੇ ਹੋਈਏ ਉੱਥੇ ਹੀ ਮਨਾ ਲਈਦਾ ਹੁਣ ਇੱਥੇ ਅਸੀਂ ਮਨਾ ਰਹੇ ਹਾਂ ਇੱਥੇ ਫਿਰ ਪੂਰੀ ਜਾਹੋ ਜਲਾਹਲ ਨਾਲ ਖਾਲਸੇ ਦੀ ਗੱਤਗਾ ਟੀਮਾਂ ਪੂਰੀ ਐ ਤਿਆਰ ਪਰ ਤਿਆਰ ਹੋ ਕੇ ਸੱਜ ਧਰ ਕੇ ਨਿਸਾਨਾ ਧੋਸਿਆਂ ਨਗਾਰਿਆਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਨਿਹੰਗ ਸਿੰਘ ਫੌਜਾਂ 15 ਤਰੀਕ ਨੂੰ ਮਹੱਲਾ ਕਢਣਗੀਆਂ ਟਿੱਕਰੀ ਆਪਣੇ ਸਿੰਘੂ ਬਾਰਡਰ ਦੇ ਉੱਤੇ ਤੁਸੀਂ ਕਿਹਾ ਪਰ ਸਾਨੂੰ ਖਾਲਸੇ ਨੂੰ ਕੋਈ ਪਰਮਿਸ਼ਨ ਦੀ ਲਾਉਣੀ ਲੋੜ ਨਹੀਂ ਪੈਂਦੀ ਕਿਉਂਕਿ ਖਾਲਸਾ ਖੁਦ ਖੁਦਾ ਖਾਲਸੇ ਦੀ ਆਪ ਦੀ ਸਾਡੀ ਸਰਕਾਰ ਹੈ ਅਸੀਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲਾੜੀਆਂ ਫੌਜਾਂ ਅਸੀਂ ਕਿਹਾ ਪਰ ਸਾਨੂੰ ਤਾਂ ਅਕਾਲ ਪੁਰਖ ਦੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਜੋ ਸਾਨੂੰ ਦੇ ਰੱਖਿਆ ਖਾਲਸਾ ਅਕਾਲ ਪੁਰਖ ਦੀ ਫੌਜ ਪਰਗਟ ਹੋਇਆ ਖਾਲਸਾ ਪਰਮਾਤਮਾ ਦੀ ਮੌਜ ਇਹ ਉਹਦੀ ਪਰਮਾਤਮਾ ਦੀ ਮੌਜ ਦੇ ਵਿੱਚ ਹੋਇਆ ਪ੍ਰਗਟ ਹੋਇਆ ਤੇ ਸਾਡਾ ਆਪਦਾ ਸਾਡਾ ਆਪਦੇ ਕਾਨੂੰਨ ਨੇ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਸਾਡੇ ਨਿਹੰਗ ਸਿੰਘ ਫੌਜਾਂ ਖਾਲਸਾ ਸਰਕਾਰ ਦੇ ਸਾਡੇ ਆਪਦੇ ਕਾਨੂੰਨ ਨੇ ਅਸੀਂ ਉਹ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਲੈਨੇ ਆ ਹੋਰ ਕਿਸੇ ਦਾ ਸਾਨੂੰ ਕਿਸੇ ਦਾ ਨਹੀਂ ਹੁਕਮ ਚਾਹੀਦਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਜਾ ਵਾਲੇ ਦਾ ਹੁਕਮ ਚਾਹੀਦਾ ਅਸੀਂ ਉਹਨਾਂ ਦਾ ਹੁਕਮ ਮੰਨ ਕੇ ਫੇਰ ਤੁਰਦੇ ਆ ਅਰਦਾਸਾ ਸੋਧ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਰੇ ਜਦੋਂ ਇੱਕ ਵਾਰੀ ਅਰਦਾਸਾ ਸੋਧ ਜੇ ਫਿਰ ਖਾਲਸਾ ਪੰਥੋਂ ਮੁੜਿਆ ਨਹੀਂ ਕਰਦਾ ਜਿੱਥੇ ਜਾਂਦਾ ਜਾਣਾ ਜੋ ਵੀ ਪ੍ਰੋਗਰਾਮ ਕਰਨਾ ਫਿਰ ਅਰਦਾਸਾ ਸੋਧ ਕੇ ਕਰਿਆ ਜਾਂਦਾ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਤੇ ਧੰਨ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੱਲ ਤੋਂ ਲੈ ਕੇ ਅਖੰਡ ਪਾਠ ਸਾਹਿਬ ਪਰ ਆਰੰਭ ਹਨ ਅਤੇ ਕੱਲ ਨੂੰ ਭੋਗ ਪਾਏ ਜਾਣਗੇ ਤੇ ਅੱਜ 10 ਮਗਰਾਂਸ ਦੇ ਵੱਡਾ ਦਲ ਵੱਲੋਂ ਰਾਲੇ ਤਲਪੰਦ ਦਲ ਤਰਨੇ ਦਲ ਵੱਲੋਂ ਅੱਜ 10 ਮਗਰਾਂਸ ਦੇ ਵੀ ਅਖੰਡ ਪਾਠ ਕਰੇ ਉਹਨਾਂ ਦੇ ਪਰਸੋਂ ਨੂੰ ਭੋਗ ਪਾਏ ਜਾਣਗੇ ਉਪਰੰਤ ਮਹੱਲਾ ਖੇਡਿਆ ਜਾਊਗਾ ਸਾਰਿਆਂ ਰਲ ਮਿਲ ਕੇ ਤੇ 26 ਤਰੀਕ ਨੂੰ ਜਿਹੜਾ ਕਿਸਾਨਾਂ ਨੇ ਆਵਾਜ਼ ਦਿੱਤੀ ਹੈ ਸਾਰੀ ਕੌਮ ਨੂੰ ਸਾਰੇ ਬਲਡ ਨੂੰ ਸਾਰੇ ਭਾਰਤ ਨੂੰ ਵੀ ਆਓ ਹਰੇਕ ਦਾ ਫਰਜ਼ ਬਣਦਾ ਇੱਥੇ ਟਰੈਕਟਰ ਮਾਰਚ ਕਰਨਾ ਜਿਹੜਿਆਂ ਨੇ ਹੰਗ ਜੱਥੇਬੰਦੀਆਂ ਨੇ ਅਸੀਂ ਇੱਥੇ ਬਾਰਡਰ ਤੇ ਬੈਠੇ ਆ ਪਹਿਲਾਂ ਤੋਂ ਹੀ ਅਸੀਂ ਇੱਥੇ ਸਜੋਬਤ ਰਹਾਂਗੇ ਕਿਉਂਕਿ ਸਾਰੇ ਕਿਸਾਨ ਉਧਰ ਚਲੇ ਜਾਣਗੇ ਜੇ ਕੋਈ ਕੱਲ ਨੂੰ ਗੜਬੜ ਕਰਤੀ ਭਾਰਤ ਸਰਕਾਰ ਦੇ ਫੌਜਾਂ ਦਾ ਕੋਈ ਬੇਈਮਾਨ ਨੇ ਸਰਕਾਰ ਮੋਦੀ ਸਰਕਾਰ ਬੇਈਮਾਨ ਹੈ ਬੇਈਮਾਨ ਹੋ ਰਹੇ ਨੇ ਕੱਲ ਨੂੰ ਐਸੇ ਹੱਲਾ ਕਰਤਾ ਇਸ ਕਰਕੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਇੱਥੇ ਡਟੇ ਰਹਾਂਗੇ 26 ਜਨਵਰੀ ਨੂੰ ਹੋਰ ਸ਼ਾਹਨੀਆ ਫੌਜਾਂ ਜਾਣਗੀਆਂ ਪਰ ਅਨਸ਼ਾਰੀ ਨਹਿਂਗ ਸਿੰਘ ਜਸਦੇ ਬੰਦੇ ਇੱਥੇ ਡਟ ਕੇ ਅਸੀਂ ਪਹਿਰਾ ਦੇਵਾਂਗੇ ਸਿੰਘੂ ਬਾਰਡਰ ਵੀ ਮਗਰ ਸੰਭਾਲਣ ਵਾਲਾ ਵੀ ਕੋਈ ਚਾਹੀਦਾ ਨਾ ਸਾਰੇ ਜਾਣਗੇ ਕਿਸਾਨ ਬਾਕੀ ਸਾਰੇ ਕਿਸਾਨ ਜਾਣਗੇ ਟਰੈਕਟਰ ਮਾਰਚ ਕਰਨਗੇ ਅਸੀਂ ਘੋੜੇ ਵਾਲੇ ਫੌਜੇ ਇੱਥੇ ਬੈਠ ਕੇ ਪੂਰਾ ਡਟ ਕੇ ਪਹਿਰਾ ਦੇਵਾਂਗੇ ਉਹਨਾਂ ਚਰਨੀ ਹਿਲਦੇ ਜਿੰਨਾ ਚਿਰ ਇਹ ਮੋਦੀ ਬਿੱਲ ਵਾਪਸ ਨਹੀਂ ਲੈ ਲੈਂਦਾ ਹੁਣ ਜਿਹੜਾ ਮੋਦੀ ਸਰਕਾਰ ਲੜਖੜਾਈ ਪਈ ਆ ਇਹਨਾਂ ਦੇ ਵਿੱਚ ਪਹਚਾਲ ਆ ਗਿਆ ਰੌਲਾ ਪੈ ਗਿਆ ਦੇਖੋ ਕਿਸ ਤਰ੍ਹਾਂ ਹੋ ਰੇ ਸਾਰੇ ਮੈਨੂੰ ਏਕਣ ਸਮਝ ਨਹੀਂ ਆਉਂਦੀ ਮੋਦੀ ਇੰਨਾ ਕਿਉਂ ਇਹਨੇ ਹਿਟਲਰ ਦਾ ਰੂਪ ਧਾਰ ਕਰ ਰੱਖਿਆ ਕਿਉਂ ਇੰਨਾ ਹੋ ਰਿਹਾ ਹਿਟਲਰ ਬਣ ਰਿਹਾ ਕਿ ਜਨਤਾ ਦੀ ਆਵਾਮ ਦੀ ਆਵਾਜ਼ ਨਹੀਂ ਸੁਣ ਰਿਹਾ ਕੱਲੇ ਕੱਲੇ ਭਾਰਤ ਦਾ ਬੱਚਾ ਬੱਚਾ ਇੱਥੇ ਦੇਖੋ ਬੈਠੇ ਨੇ ਇੱਥੇ ਛੋਟੇ ਬੱਚੇ 6 ਮਹੀਨਿਆਂ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਵੀ ਜਿਹੜੇ ਬਕਲਾਮ ਨੇ ਜਿਨ੍ਹਾਂ ਦਾ ਤੁਰਿਆ ਨਹੀਂ ਜਾਂਦਾ ਉਹ ਵੀ ਉਹ ਟ੍ਰਾਈਸਾਈਕਲਾਂ ਦੇ ਉੱਤੇ ਆ ਰਹੇ ਨੇ ਉਹ ਵੀ ਅੱਜ ਦੀ ਹਾਜ਼ਰੀ ਭਰ ਰਹੇ ਨੇ ਵੀ ਅਸੀਂ ਪਿੱਛੇ ਨਾ ਰਹੀ ਜੀ ਕਿਉਂਕਿ ਇਹ ਕਿਸਾਨਾਂ ਤੇ ਮਜ਼ਦੂਰਾਂ ਦਾ ਮੋਰਚਾ ਦੇਸ਼ ਸਾਰਾ ਅਰਦੇਸ਼ ਸਾਰਾ ਵਰਲਡ ਕਿਸਾਨਾਂ ਦਾ ਉਗਾਇਆ ਹੋਇਆ ਅੰਨ ਖਾ ਰਹੇ ਨੇ ਸਾਰਿਆਂ ਨੂੰ ਪਤਾ ਵੀ ਅਸੀਂ ਉਹਨਾਂ ਦਾ ਕਰਜ਼ਾ ਨਹੀਂ ਦੇ ਸਕਦੇ ਫਿਰ ਵੀ ਉਹ ਹਾਜ਼ਰੀ ਭਰ ਰਹੇ ਰਣਚਕਾਰ ਰਹੇ ਨੇ ਜਿਹੜਾ ਬੰਦਾ ਇਸ ਮੋਰਚੇ ਦੇ ਵਿੱਚ ਨਹੀਂ ਆਇਆ ਉਹ ਸਾਰੀ ਉਮਰ ਪਛਤਾਊਗਾ ਉਹਦੀਆਂ ਪੀੜ੍ਹੀਆਂ ਪਛਤਾਉਣਗੀਆਂ ਉਹ ਨੀਮਾ ਮੂੰਹ ਕਰਕੇ ਤੁਰੂਗਾ ਜਿਹੜਾ ਬੰਦਾ ਇਸ ਮੋਰਚੇ ਦੇ ਵਿੱਚ ਆ ਗਿਆ ਉਹ ਮਾਣ ਦੇ ਮਹਿਸੂਸ ਕਰੂਗਾ ਉੱਚਾ ਸਿਰ ਲੈ ਕੇ ਉਹਨੇ ਖੜਨਾ ਵੀ ਹਾਂ ਮੈਂ ਉਸ ਮੋਰਚੇ ਦੇ ਵਿੱਚ ਬਲ ਲਿਆ ਇਹ ਪਹਿਲੀ ਵਾਰ ਜਦ ਦਾ ਇਹ ਭਾਰਤ ਆਜ਼ਾਦ ਹੋਇਆ ਪਹਿਲੀ ਵਾਰ ਐਡਾ ਮੋਰਚਾ ਲੱਗਿਆ ਨਾ ਤਾਂ ਇਹ ਮੋਦੀ ਨੂੰ ਸੀਗਾ ਵੀ ਐਡਾ ਬਣਜੂ ਨਾ ਕਿਸਾਨ ਜੱਥੇਬੰਦੀਆਂ ਨੂੰ ਸੀਗਾ ਵੀ ਇਹ ਐਡਾ ਪ੍ਰੋਗਰਾਮ ਬਣਜੂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਗੁਰੂ ਨਾਨਕ ਮਹਾਰਾਜ ਦੀ ਕਿਰਪਾ ਹੋਈ ਹੈ ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਇਹਨਾਂ ਦੀ ਅਗਵਾਹੀ ਦੇ ਵਿੱਚ ਇਹ ਮੋਰਚਾ ਚੱਲ ਰਿਹਾ ਇਹ ਨਹੀਂ ਕਹਦੇ ਵੀ ਅਸੀਂ ਕਿਸਾਨ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਹੀ ਦੇ ਵਿੱਚ ਖਾਲਸਾ ਨਿਸ਼ਾਨ ਥਲੇ ਕੱਲ ਜਿਹੜਾ ਦਿੱਲੀ ਦੇ ਵਿੱਚ ਪ੍ਰੋਗਰਾਮ ਕਰਨਾ ਇੱਥੋਂ ਲੈ ਕੇ ਦਿੱਲੀ ਦੇ ਵਿੱਚ ਜਾਊਗਾ ਜਾਂ ਸਿਰਫ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਬਾਹਰ-ਬਾਰ ਹੋਊਗਾ ਦਿੱਲੀ ਤੋਂ ਜੇ ਅਸੀਂ ਦਿੱਲੀ ਨਹੀਂ ਜਾਣਾ ਅਸੀਂ ਸਿੰਘੂ ਬਾਰਡਰ ਤੇ ਸਾਡੀ ਉਹ ਇੱਥੇ ਹੋਣੀ ਆ ਸਿੰਘੂ ਬਾਰਡਰ ਤੇ ਇੱਥੇ ਘੋੜੇ ਭਜਾਏ ਨੇ ਗੱਤਕਾ ਸਿੰਘ ਦਿਖਾਉਣਗੇ ਜਾਂ ਹੋਰ ਜੋ ਨੇਜਿਆਵਾਜੀ ਹੋਣੀ ਆ ਘੋੜਿਆਂ ਦੇ ਉੱਤੇ ਚੜ ਕੇ ਇੱਕ ਇੱਕ ਘੋੜੇ ਤੇ ਚੜ ਕੇ ਦੋ ਦੋ ਘੋੜਿਆਂ ਦੇ ਸਿੰਘ ਸਵਾਰ ਹੋ ਕੇ ਉਹ ਕਰਤੱਬ ਦਿਖਾਉਣਗੇ ਉਹ ਸਿੰਘੂ ਬਾਰਡਰ ਤੇ ਹੀ ਹੋਣੀ ਆ ਗਾਂ ਦਿੱਲੀ ਨਹੀਂ ਜਾਣਾ ਸੀ ਤਾਂ ਸਿੰਘੂ ਬਾਰਡਰ ਤੇ ਘੋੜਿਆਂ ਦੀ ਦੌੜ ਦੇਖਣ ਨੂੰ ਮਿਲੂਗੀ ਗੱਤਕਾ ਵੀ ਦੇਖਣ ਨੂੰ ਮਿਲੂਗਾ ਤੇ ਗੁਰੂਆਂ ਦੀ ਲਾਡਲੀ ਫੌਜਾ ਮੋਰੇ ਹੋ ਕੇ ਕਿਸਾਨਾਂ ਦੇ ਖੜੀਆਂ ਹੋਈਆਂ ਤਾਂ ਕਹਿੰਦੇ ਅਸੀਂ ਸਿੰਘੂ ਬਾਰਡਰ ਦੀ ਰਾਖੀ ਕਰਾਂਗੇ ਜਦੋਂ 26 ਨੂੰ ਕਿਸਾਨ ਦਿੱਲੀ ਜਾਣਗੇ ਤੇ ਇੱਥੇ ਪ੍ਰੋਗਰਾਮ ਨੂੰ ਲਿਖ ਕੇ ਜਾਣਗੇ ਖੰਡ ਸਾਹਿਬ ਦੇ ਭੋਗ ਵੀ ਪਾਏ ਜਾਣਗੇ ਖੰਡ ਸਾਹਿਬ ਆਰੰਭ ਵੀ ਹੋਣਗੇ ਤਾਂ ਇੱਥੇ ਹੀ ਸਾਰੇ ਪ੍ਰੋਗਰਾਮ ਹੁਣ ਅਨੇਹਿੰਗ ਸਿੰਘਾਂ ਵੱਲੋਂ ਵੀ ਮਨਾਏ ਜਾ ਰਹੇ ਤੇ ਕਿਸਾਨ ਜਿੱਥੇ ਬੰਦੀਆ ਵੱਲੋਂ ਵੀ ਮਨਾਏ ਜਾ ਰਹੇ ਕੈਮਰਾ ਪਰਸਨ ਰੋਸ਼ਨ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊ ਸਿੰਘੂ ਬਾਰਡਰ ਦਿੱਲੀ